हेलो स्टूडेंट्स वेलकम हियर अगेन ऑन माय चैनल जानकारी हित मायसेल्फ हित अभिलाषी शर्मा इक और फेर थोड़ी जानकारी दे लिए अकाउंटेंसी दा बड़ा इंपॉर्टेंट टॉपिक और नाल मैं इथे शेयर कर रहे हैं अस दी वीडियो दे विच दैट इज न्यूमेरिकल ऑफ सब्सिडियरी बुक्स assi gal karange subsidiary books de numericals de bare jis de vich vishesh roop de vich sada jada main eh, center point rahega that is purchase book simple with gst including ledger posting sales book the nali hi difference between purchase book purchase account and sales book and sales account let's move it with me to make this topic very easy and in a very effective way yes students very important alert for all of you subtopal has see the video on full screen to get maximum फ्रॉम द कॉन्टेंट ऑफ भीडियो जे सही मायने सारा कुछ सीखना था पूरी है दे उत्ते देखो पूरी वीडियो सीधा वीडियो कंप्लीट टू तो गेट कंप्लीट नॉलेज यस ये पूरा ज्ञान प्राप्त करना था पूरी वीडियो देखनी जरूरी है एंड तक सब तो पहला एक हो इंपॉर्टेंट इंफॉर्मेशन टू गेट बेसिक्स ऑफ सबसिटी बुक्स एंड स्पेली कैश बुक विदेरीकल हित ਇਹ ਵੀਡੀਓਜ਼ ਆਲਰੇਡੀ ਮੇਰੇ ਚੈਨਲ ਤੇ ਨੇ 24 25 ਤੇ 26 ਇਹ ਅਕੋਰਡਿੰਗ ਹੈ ਉਹਦਾ ਜਿਸ ਦੇ ਵਿੱਚ ਤੁਸੀਂ ਕੈਸ਼ ਬੁੱਕ ਤੇ ਸਬਸਿਡਰੀ ਬੁੱਕਸ ਦੇ ਬਾਰੇ ਬੇਸਿਕ ਇਨਫੋਰਮੇਸ਼ਨ ਤੇ ਕੈਸ਼ ਬੁੱਕ ਦੇ ਕੰਪਲੀਟ ਨੰਮਰਿਕਲ ਦੇਖਦੇ ਹੋ ਤੇ ਨਾਲ ਹੀ A6 ਦੇ ਵਿੱਚ ਇੱਕ ਕੈਸ਼ ਡਿਸਕਾਊਂਟ ਤੇ ਟ੍ਰੇਡ ਡਿਸਕਾਊਂਟ ਦੇ ਬਾਰੇ ਸਟੂਡੈਂਟਸ ਅਸ ਦੀ ਜੋ ਪ੍ਰੈਕਟੀਕਲ ਕੁਐਸਚਨਸ ਨੇ ਉਹਨਾਂ ਚ ਜਾਣ ਤੋਂ ਪਹਿਲਾਂ ਪਰਚੇਸ ਤੇ ਸੇਲਸ ਬੁੱਕ ਦੇ ਬਾਰੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਆਪਾਂ ਡਿਸਕਸ਼ਨ ਕਰਦੇ ਹਾਂ ਟ੍ਰੇਡ ਡਿਸਕਾਊਂਟ ਐਂਡ ਕੈਸ਼ ਡਿਸਕਾਊਂਟ ਜਦੋਂ ਕਿ A6 ਵੀਡੀਓ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਇਹ ਕੰਟੈਂਟ ਮੈਂ ਦੱਸਿਆ ਇਹ ਦੱਸਣਾ ਜ਼ਰੂਰੀ ਹੈ ਟਰੇਡ ਡਿਸਕਾਊਂਟ ਇਜ਼ 기ਵਨ ਓਨ ਦਾ ਕੈਟਲੌਗ ਪ੍ਰਾਈਸ ਆਫ ਦਾ ਗੁੱਡਸ ਵਾਈਲ ਦਾ ਕੈਸ਼ ਡਿਸਕਾਊਂਟ ਇਜ਼ 기ਵਨ ਓਨ ਦਾ ਇਨਵੌਇਸ ਪ੍ਰਾਈਸ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜਾ ਕਿਸੇ ਵੀ ਵਪਾਰੀ ਦੁਆਰਾ ਇੱਕ ਕੈਟਲੌਗ ਬਣਾਈ ਜਾਂਦੀ ਹੈ ਪ੍ਰਾਈਸ ਲਿਸਟ ਉਸ ਦੇ ਉੱਪਰ ਜੋ ਡਿਸਕਾਊਂਟ ਦਿੱਤਾ ਜਾਂਦਾ ਹੈ ਸੇਲ ਵਧਾਣ ਦੇ ਲਈ ਉਹਨੂੰ ਟਰੇਡ ਡਿਸਕਾਊਂਟ ਕਹਿੰਦੇ ਨੇ ਵਪਾਰਕ ਛੋਟ ट्रेड डिस्काउंट इज ग्रांटेड विद द एम ऑफ इंक्रीजिंग सेल इन बल्क क्वांटिटी ए ध्यान रखियो ट्रेड डिस्काउंट ਦਿੱਤਾ ਜਾਂਦਾ ਮੈਂ ਬਾਰ ਬਾਰ ਇਹ ਗੱਲ ਦੱਸ ਰਿਹਾ ਅੱਜ ਫਿਰ ਕਿ ਸੇਲ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਇਨਕਰੀਜ਼ ਕਰਨ ਦੇ ਲਈ ਤਾਂ ਕਿ ਉਹਦੇ ਕਸਟਮਰ ਜ਼ਿਆਦਾ ਬਣ ਸਕਣ ਔਰ ਟ੍ਰੇਡ ਡਿਸਕਾਊਂਟ ਦਿੱਤਾ ਜਾਂਦਾ ਹੈ ਵੇਅਰ ਕੈਸ਼ ਡਿਸਕਾਊਂਟ ਇਜ਼ ਗ੍ਰਾਂਟਡ ਟੂ ਫੈਸਿਲੀਟੇਟ ਅ ਕਿਕ ਪੇਮੈਂਟ ਜਦੋਂ ਕਿ ਜਿਹੜਾ ਕੈਸ਼ ਡਿਸਕਾਊਂਟ ਕਸਟਮਰ ਨੂੰ ਜਿਹੜਾ ਦਿੱਤਾ ਜਾਂਦਾ ਹੈ ਉਹ ਇਨਵਾਇਸ ਪ੍ਰਾਈਸ ਤੇ ਦਿੱਤਾ ਜਾਂਦਾ ਹੈ ਇਹ ਧਿਆਨ ਰੱਖਿਓ ਇੱਕ ਤਾਂ ਦੂਸਰਾ ਤਾਂ ਕਿ ਉਹ ਤੁਰੰਤ ਪੇਮੈਂਟ ਕਰ ਸਕੇ ਉਹਨੂੰ ਕੈਸ਼ ਪੇਮੈਂਟ ਦੇ ਲਈ ਇੱਕ ਲਾਲਚ ਦੇ ਰੂਪ ਦੇ ਵਿੱਚ ਜਿਹੜਾ ਡਿਸਕਾਊਂਟ ਦਿੱਤਾ ਜਾਂਦਾ ਉਹ ਕੈਸ਼ ਡਿਸਕਾਊਂਟ ਇੱਕ ਲਾਲਚ ਹੈ ਤਾਂ ਕਿ ਜੇ ਜਲਦੀ ਪੇਮੈਂਟ ਕਰੇਗਾ ਤਾਂ ਉਹਨੂੰ ਕੈਸ਼ ਡਿਸਕਾਊਂਟ ਦੇ ਦਿੱਤਾ ਜਾਏਗਾ ਟ੍ਰੇਡ ਡਿਸਕਾਊਂਟ ਇਸ ਸ਼ੋਨ ਇਨ ਦਾ ਡਿਡਕਸ਼ਨ ਇਨ ਦਾ ਇਨਵੋਇਸ ਇਨਵੋਇਸ ਦੇ ਵਿੱਚੋਂ ਟ੍ਰੇਡ ਡਿਸਕਾਊਂਟ ਜਿਹੜਾ ਹੈ ਉਹਨੂੰ ਘਟਾ ਕੇ ਦਿਖਾਇਆ ਜਾਂਦਾ ਇਨਵੋਇਸ ਕੀ ਹੁੰਦਾ ਹੈ ਬਿੱਲ ਧਿਆਨ ਰੱਖੋ ਇਸ ਗੱਲ ਨੂੰ ਨੈਕਸਟ ਵਨ ਯਾ ਸਟੂਡੈਂਟ ਅੱਜ ਦਾ ਸਾਡਾ ਜਿਹੜਾ ਮੇਨ ਟਾਪਿਕ ਹੈ ਪਰਚੇਸ ਬੁੱਕ ਦੀ ਬੈਂਕ ਗੱਲ ਕਰ ਰਹੇ ਸੀ ਸਭ ਤੋਂ ਪਹਿਲਾਂ ਇੱਕ ਵਾਰੀ ਆਪਾਂ ਫਾਰਮੈਟ ਦੇ ਬਾਰੇ ਗੱਲ ਕਰੀਏ ਜਦੋਂ ਕਿ ਫਾਰਮੈਟ ਮੈਂ ਪਹਿਲਾਂ ਵੀ ਮੇਰੀਆਂ ਵੀਡੀਓਜ਼ ਨੇ ਉਸ ਦੱਸ ਚੁੱਕੇ ਹਨ ਪਰ ਅੱਜ ਅਸੀਂ ਨਿਊਮੈਰਿਕਲ ਕਰ ਰਹੇ ਹਾਂ ਤਾਂ জানাਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਡੇਟ ਪਾਰਟਿਕੁਲਰਸ ਇਨਵੌਇਸ ਨੰਬਰ ਜਾਂ ਇਨਵਰਟ ਇਨਵੌਇਸ ਇਨਵਰਟ ਇਨਵੌਇਸ ਕਿਉਂ ਕਹ ਰਹੇ ਨੇ ਇਹਨੂੰ ਕਿਉਂਕਿ ਜਦੋਂ ਅਸੀਂ ਪਰਚੇਸ ਕੀਤੀ ਹੈ ਤਾਂ ਸਾਡੇ ਕੋਲ ਇੱਕ ਇਨਵੌਇਸ ਆਇਆ ਜਿਹਨੂੰ ਬਿਲ ਕਹਿੰਦੇ ਆਮ ਨਾਰਮਲ ਲੈਂਗੁਏਜ ਦੇ ਵਿੱਚ ਉਸ ਵਪਾਰੀ ਨੇ ਸਾਨੂੰ ਭੇਜਿਆ ਸਾਡੇ ਸਪਲਾਇਰ ਨੇ ਜਿਨੇ ਸਾਨੂੰ ਸੇਲ ਕੀਤੀ ਹੈ ਤਾਂ ਉਹਦਾ ਨੰਬਰ ਪਰਚੇਸ ਬੁੱਕ ਦੇ ਵਿੱਚ ਅਸੀਂ ਸ਼ੋਅ ਕਰਦੇ ਹਾਂ ਲੈਜਰ ਫੋਲੀਓ ਕਿਉਂਕਿ ਪਰਚੇਸ ਬੁੱਕ ਤੋਂ ਬਾਅਦ ਪੋਸਟਿੰਗ ਲੈਜਰ ਅਕਾਊਂਟ ਦੇ ਵਿੱਚ ਹੁੰਦੀ ਹੈ ਲੈਜਰ ਦਾ ਪੇਜ ਨੰਬਰ ਆਂਦਾ ਹੈ ਉਸ ਤੋਂ ਬਾਅਦ ਅਮਾਊਂਟ ਇਨ ਰੁਪੀਸ ਡਿਟੇਲ ਵੀ ਸ਼ੋਅ ਕਰਨੀ ਹੈ ਤੇ ਨਾਲ ਟੋਟਲ ਵੀ ਇਹ ਬੜਾ ਇੰਪੋਰਟੈਂਟ ਹੈ ਅਕਾਊਂਟ ਨਾਲੋਂ ਡਿਫਰੈਂਟ ਹੈ ਪਰਚੇਸ ਬੁੱਕ ਦੇ ਵਿੱਚ ਤੇ ਲਾਸਟ ਦੇ ਵਿੱਚ ਰਿਮਾਰਕਸ ਨੀਚੇ ਪਰਚੇਸ ਦਾ ਜਿੰਨਾ ਵੀ ਪਰਚੇਸ ਦਾ ਟੋਟਲ ਹੁੰਦਾ ਹੈ ਉਹ ਪਰਚੇਸ ਅਕਾਊਂਟ ਨੂੰ ਟਰਾਂਸਫਰ ਹੋ ਜਾਂਦਾ ਹੈ ਇਹ ਧਿਆਨ ਰੱਖਿਓ ਇਹ ਹੈ ਇਹਦਾ ਫਾਰਮੈ ਨੈਕਸਟ ਜਿਹਦੀ ਮੈਂ ਗੱਲ ਕਰ ਰਿਹਾ ਸੀ ਇੱਕ ਗੱਲ ਹੋਰ ਧਿਆਨ ਰੱਖਿਓ ਜਿਹੜੀ ਪਰਚੇਸ ਬੁੱਕ ਦੇ ਵਿੱਚ ਅਸੀਂ ਸਿਰਫ ਜਿਹੜੀ ਕ੍ਰੈਡਿਟ ਪਰਚੇਸ ਕੀਤੀ ਜਾਂਦੀ ਹੈ ਆਫ ਗੁੱਡਸ ਐਂਡ ਸਰਵਿਸਿਜ਼ ਸਿਰਫ ਉਹਨੂੰ ਸ਼ੋ ਕਰਨਾ ਹੈ ਕ੍ਰੈਡਿਟ ਪਰਚੇਸ ਜਿਹੜੀ ਕੈਸ਼ ਪਰਚੇਸ ਹੈ ਉਹ ਕੈਸ਼ ਬੁੱਕ ਦੇ ਵਿੱਚ ਆਂਦੀ ਹੈ ਉਹ ਮੈਂ ਸਬਸਿਡਰੀ ਬੁੱਕਸ ਦੇ ਵਿੱਚ ਜਦੋਂ ਕੈਸ਼ ਬੁੱਕ ਕਰਵਾਈ ਸੀ ਉਦੋਂ ਦੱਸਿਆ ਸੀ ਸਿਰਫ ਉਧਾਰ ਜਿਹੜੀ ਪਰਚੇਸ ਹੈ ਗੁੱਡਸ ਦੀ ਉਹਨੂੰ ਅਸੀਂ ਪਰਚੇਸ ਬੁੱਕ ਤੇ ਸ਼ੋ ਕਰਨਾ ਹੈ ਉਹ ਵੀ ਗੁੱਡਸ ਦੀ ਕੀਪ ਇਨ ਮਾਈਂਡ ਪਰਚੇਸ ਬੁੱਕ ਦਾ ਇੱਕ ਫਾਰਮੈਟ ਇਸ ਤਰ੍ਹਾਂ ਵੀ ਹੋ ਸਕਦਾ ਹੈ ਡੇਟ ਪਾਰਟੀਕੂਲਰਸ ਇਨਵੋਇਸ ਨੰਬਰ ਥੈਟ ਇਜ਼ ਇਨਵਰਡ ਇਨਵਰਡ ਇਨਵੋਇਸ ਨੰਬਰ ਨਾਟ ਰੋਡ ਇਨਵੋਇਸ ਨੰਬਰ ਲੈਜਰ ਫੋਲੀਓ ਅਮਾਉਂਟ ਡਿਟੇਲ ਕੋਸਟ ਪਰਚੇਸ ਦੇ ਉੱਤੇ ਸਾਨੂੰ ਪਤਾ ਲੱਗਦਾ ਹੈ ਜੀਐਸਟੀ ਸਾਰਿਆਂ ਨੂੰ ਪਤਾ ਹੈ ਜੀਐਸਟੀ ਇਨਪੁਟ ਲੱਗਦਾ ਹੈ ਇਨਪੁਟ ਸੀਜੀਐਸਟੀ ਇਨਪੁਟ ਐਸਜੀਐਸਟੀ ਇਨਪੁਟ ਆਈਜੀਐਸਟੀ ਜਿੰਨਾ ਵੀ ਜੀਐਸਟੀ ਜ਼ਿਕਰ ਹੋਇਆ ट्रांजੈਕਸ਼ਨਸ ਦੇ ਅਕੋਰਡਿੰਗਲੀ ਇਹ ਕਾਲਮ ਵਰਜ ਜਾਂਦੇ ਨੇ ਜੇਕਰ ਨਹੀਂ ਹੈ ਤਾਂ ਅਸੀਂ ਨਹੀਂ ਦਿਖਾਉਂਦੇ ਟੋਟਲ ਐਂਡ ਰਿਮਾਰਕਸ ਰਿਮਾਰਕਸ ਦੇ ਵਿੱਚ ਅਸੀਂ ਕੋਈ ਕਮੈਂਟ ਲਿਖ ਸਕਦੇ ਹਾਂ ਇਹ ਪਰਫਾਰਮ ਜੀਐਸਟੀ ਵਾਲਾ ਕੁਐਸਚਨ ਹੈ ਜੇ ਜੀਐਸਟੀ ਤਿੰਨੋਂ ਤਰ੍ਹਾਂ ਦੇ ਨੇ ਤਾਂ ਅਸੀਂ ਤਿੰਨੋਂ ਤਰ੍ਹਾਂ ਦੇ ਜੀਐਸਟੀ ਦੇ ਕਾਲਮ ਬਣਾ ਲਾਂਗੇ ਇਟ ਡਿਪੈਂਡਸ ਆਨ ਦਾ ट्रांजੈਕਸ਼ਨ ਕਿ ਕੁਐਸਚਨ ਦੇ ਵਿੱਚ ਹੈ ਜਾਂ ਨਹੀਂ ਕਲੀਅਰ ਨੈਕਸਟ ਵਨ ਪਰਚੇਸ ਬੁੱਕ ਤੇ ਪਰਚੇਸ ਅਕਾਊਂਟ ਦੇ ਬਾਰੇ ਕਨਫਿਊਜ਼ਨ ਪੈਦਾ ਹੋ ਜਾਂਦਾ ਕਿ ਦੋਨਾਂ 'ਚ ਅੰਤਰ ਕੀ ਹੈ ਪਰਚੇਸ ਬੁੱਕ ਕੀ ਹੈ ਇੱਕ ਸਬਸਿਡਰੀ ਬੁੱਕ ਹੈ ਬਹੁਤ ਸਾਰੀ ਸਬਸਿਡਰੀ ਬੁਕਸ ਦੇ ਵਿੱਚੋਂ ਜਿਹੜੀ ਇਹ ਪ੍ਰਿੰਸੀਪਲ ਬੁੱਕ ਹੈ ਪਰਚੇਸ ਅਕਾਊਂਟ ਹੈ ਜਿਹੜਾ ਕਿਉਂਕਿ ਲੈਜਰ ਦਾ ਪਾਰਟ ਹੈ ਲੈਜਰ ਸਾਨੂੰ ਪਤਾ ਹੈ ਪ੍ਰਿੰਸੀਪਲ ਬੁੱਕ ਹੁੰਦਾ ਹੈ ਬੁੱਕ ਆਫ origignal ਐਂਟਰੀ ਹੈ ਇਸ ਸਮਰੀ ਹੁੰਦੀ ਹੈ ਪਰਚੇਸ ਦੀ ਪਰਚੇਸ ਅਕਾਊਂਟ ਇੱਕ ਸਮਰਾਈਜ਼ਡ ਰੂਪ ਹੈ ਜਿੱਥੇ ਸਾਰੀ ਪਰਚੇਸ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਫਰੋਮ ਜਰਨਲ ਰਿਕਾਰਡ ਓਨਲੀ ਕ੍ਰੈਡਿਟ ਪਰਚੇਸ ਆਫ ਗੁੱਡਸ ਪਰਚੇਸ ਬੁੱਕ ਦੇ ਵਿੱਚ ਸਿਰਫ ਅਸੀਂ ਕ੍ਰੈਡਿਟ ਪਰਚੇਸ ਦਿਖਾਉਂਦੇ ਹਾਂ ਉਦਾਹਰਨ ਜਦੋਂ ਕਿ ਕੈਸ਼ ਤੇ ਕ੍ਰੈਡਿਟ ਪਰਚੇਸ ਦੋਨਾਂ ਨੂੰ ਦਿਖਾਇਆ ਜਾਂਦਾ ਹੈ ਪਰਚੇਸ ਅਕਾਊਂਟ ਇਟ ਇਜ਼ ਅ ਸਟੇਟਮੈਂਟ ਪਰਚੇਜ਼ ਬੁੱਕ ਇੱਕ ਸਟੇਟਮੈਂਟ ਹੁੰਦੀ ਹੈ ਇਹ ਇੱਕ ਫਾਰਮ ਹੈ ਸਟੇਟਮੈਂਟ ਦਾ ਕੋਈ ਫਿਕਸ ਪਰਫਾਰਮਾ ਨਹੀਂ ਹੁੰਦਾ ਅਕੋਰਡਿੰਗ ਟੂ ट्रांजੈਕਸ਼ਨਸ ਔਰ ਨੀਡ ਆਫ ਦਾ ਬਿਜ਼ਨਸ ਇਹਦਾ ਜਿਹੜਾ ਫਲੈਕਸੀਬਿਲਟੀ ਪਾਈ ਜਾਂਦੀ ਹੈ ਸਟੇਟਮੈਂਟਸ ਦੇ ਵਿੱਚ ਰਿਕਾਰਡ ਡਿਟੇਲ ਆਫ ट्रांजैक्शन ਇਹਦੇ ਵਿੱਚ ट्रांजैक्शन ਦੀ ਰਿਕਾਰਡ ਡਿਟੇਲ ਦਿਖਾਈ ਜਾਂਦੀ ਹੈ ਆਪਾਂ ਉਹਦੀ ਕੁਆਲਿਟੀ ਕੀ ਹੈ ਕੁਆਂਟੀਟੀ ਕੀ ਹੈ ਰੇਟ ਕਿੰਨਾ ਹੈ ਗ੍ਰੋਸ ਅਮਾਊਂਟ ਕਿੰਨਾ ਹੈ ਨੈਟ ਅਮਾਊਂਟ ਕਿੰਨਾ ਹੈ ਅਸੀਂ ਪਰਚੇਜ਼ ਬੁੱਕ ਸ਼ੋ ਕਰਦੇ ਹਾਂ ਜਦੋਂ ਕਿ ਪਰਚੇਜ਼ ਅਕਾਊਂਟ 'ਚ ਅਸੀਂ ਸਿਰਫ ਨੈਟ ਅਮਾਊਂਟ ਸ਼ੋ ਕਰਦੇ ਹਾਂ ਜੋ ਪਰਚੇਜ਼ ਦਾ ਬਣਦਾ ਹੈ ਟੋਟਲ ਲੋ ਫਿੱਟ ਪੋਸਟ ਟੂ ਪਰਚੇਸ ਅਕਾਊਂਟ ਇਤਿਆਰ ਰੱਖਿਓ ਪਰਚੇਸ ਬੁੱਕ ਦਾ ਜਿਹੜਾ ਟੋਟਲ ਆਂਦਾ ਉਹਦੀ ਲੈਜਰ ਪੋਸਟਿੰਗ ਜਾ ਕੇ ਪਰਚੇਸ ਅਕਾਊਂਟ 'ਚ ਹੁੰਦੀ ਹੈ ਜਦੋਂ ਕਿ ਪਰਚੇਸ ਅਕਾਊਂਟ ਦੀ ਜਿਹੜੀ ਜਿਹੜਾ ਟਰਾਂਸਫਰਡ ਹੁੰਦਾ ਅਮਾਊਂਟ ਉਹ ਜਾ ਕੇ ਟਰਾਂਸਫਰ ਹੁੰਦਾ ਹੈ ਟਰੇਡਿੰਗ ਅਕਾਊਂਟ ਨੂੰ ਜਦੋਂ ਅਸੀਂ ਫਾਈਨਲ ਅਕਾਊਂਟਸ ਬਣਾਉਨੇ ਆ ਇਹ ਧਿਆਨ ਰੱਖਿਓ ਇਹਨਾਂ ਗੱਲਾਂ ਨੂੰ ਇਹ ਡਿਫਰੈਂਸ ਨੇ ਇਹਨਾਂ 'ਚ ਬੇਸਿਕ ਆਹ ਸਟੂਡੈਂਟਸ ਪ੍ਰੈਕਟੀਕਲ ਐਗਜ਼ਾਮਪਲ ਕਰਦੇ ਆ ਜਿਹਦੀ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਕੁਐਸਚਨ ਧਿਆਨ ਨਾਲ ਪੜ੍ਹਨਾ ਜ਼ਰੂ ਤਾਕੀ ਅਸੀਂ ਕਾਲੀ-ਕਾਲੀ 'ਚ ਗਲਤੀ ਨਾ ਕਰ ਜਾਈਏ ਉੱਥੇ ਡਾਇਰੈਕਟਲੀ ਜੇ ਨੰਮੈਰੀਕਲ ਕਰਨ ਲੱਗਦੇ ਆ ਉਹਦੇ ਸੋਲੂਸ਼ਨ ਦੇ ਰੂਪ 'ਚ ਪਰਚੇਸ ਬੁੱਕ ਤਿਆਰ ਕਰਨੀ ਅਸੀਂ ਪਰਚੇਸ ਫਰੋਮ ਰਾਮ ਐਂਡ ਕੰਪਨੀ ਦੇਰਾ ਤੋਂ ਅਸੀਂ ਇਹ ਸਾਰਾ ਕੁਝ ਪਰਚੇਸ ਕੀਤਾ ਹੈ ਧਿਆਨ ਨਾਲ ਪੜੋ 20 ਕੁਇੰਟਲ 슈ਗਰ ਐਟ ਦਾ ਰੇਟ ਆਫ 1200 ਪਰ ਕੁਇੰਟਲ 40 ਬੈਗਸ ਰਾਈਸ ਈਚ ਕੰਟੇਨਿੰਗ 1 ਕੁਇੰਟਲ ਐਟ ਦਾ ਰੇਟ ਆਫ 1500 ਪਰ ਕੁਇੰਟਲ हर बैग से एक क्विंटल चावल ने चाली बैग खरीदे ने पंद्रह सौ रुपये पर क्विंटल के हिसाब से उसके ट्रेड डिस्काउंट किए पंद्रह परसेंट पहली ट्रांजैक्शन है ये असी शो करा क्रैडिट परचेज है क्योंकि ट्रांजेक्शन में उपर तो देख तो पता लग रहा है दैट इज क्रैडिट परचेज फ्रॉम भारत भूषण एंड संस दली भारत भूषण वाले तो खरीद है ट्वेंटी टीन्स देसी घी ईच कंटेनिंग सिक्सटीन किलोग्राम घी एट द रेट ऑफ वन ट्वेंटी पर के जी ਵੀ ਟੀਮ ਦੇਸੀ ਕੀ ਦੇ ਖਰੀਦੇ ਨੇ 16 ਕਿਲੋਗ੍ਰਾਮ ਇੱਕ ਦੇ ਵਿੱਚ ਹੈ ਤੇ 1 ਕਿਲੋਗ੍ਰਾਮ ਦਾ ਰੇਟ 120 ਰੁਪਏ ਪਰ ਕਿਲੋਗ੍ਰਾਮ ਹੈ ਧਿਆਨ ਰੱਖਿਓ ਇਹ ਅਮਾਉਂਟ ਬੜੇ ਇੰਪੋਰਟੈਂਟ ਨੇ ਕਿਉਂਕਿ ਅਸੀਂ ਇਹਦਾ ਪ੍ਰਾਈਸ ਕੱਢਣ ਚ ਹੈਲਪਫੁਲ ਹੋਣਗੇ 1000 ਲੀਟਰ ਕੈਰੋਸਿਨ ਆਇਲ ਐਟ ਦਾ ਰੇਟ ਆਫ 6 ਪਰ ਲੀਟਰ ਟ੍ਰੇਡ ਡਿਸਕਾਊਂਟ 10% ਪਰਚੇਜ਼ ਫਰਮ ਮੈਟਰੋ ਟਰੇਡਰਸ ਮੁੰਬਈ ਵੀਟ 30 ਕੁਇੰਟਲਸ ਐਟ ਦਾ ਰੇਟ ਆਫ 500 ਪਰ ਕੁਇੰਟਲ gram 20 quintals at the rate of 1200 per quintal rice 10 quintal at the rate of 1400 per quintal is to ilawa eh dono transaction jehdiyan 10 te 14 june diyan ne dono credit ne eh asi show karange purchase from for cash from raja brothers in ludhiana 50 bales of cotton at the rate of 1500 per bale innu asi show nahi karange goods di purchase ta hai but cash hai purchase book te asi sirf ki show karde hunde ne ਕ੍ਰੈਡਿਟ ਪਰਚੇਸ ਕਿਉਂਕਿ ਅਸੀਂ ਪਰਚੇਸ ਬੁੱਕ ਬਣਾ ਰਹੇ ਹਾਂ ਜੇ ਕੰਪਲੀਟ ਸਬਸਟਰੀ ਬੁੱਕਸ ਬਣਾਉਂਦੇ ਤਾਂ ਇਸ ਟਾਈਪ ਦੀ ਟ੍ਰਾਂਜੈਕਸ਼ਨ ਨੂੰ ਅਸੀਂ ਕੈਸ਼ ਬੁੱਕ ਦੇ ਵਿੱਚ ਦਿਖਾਣਾ ਸੀ ਕਿਉਂਕਿ ਪਰਚੇਸ ਕੀਤੀ ਹੈ ਕੈਸ਼ ਦੀ ਪੇਮੈਂਟ ਹੋ ਰਹੀ ਹੈ 25th ਜੂਨ ਨੂੰ ਬਾਊਟ ਫਰਨੀਚਰ ਫਰਮ ਨਿਊ ਫਰਨੀਸ਼ਰਸ ਅੰਮ੍ਰਿਤਸਰ ਫਰਨੀਚਰ ਪਰਚੇਸ ਕੀਤਾ ਰਹਾ ਹੈ 20 ਚੇਅਰਸ ਰੁਪੀਸ 300 ਈਚ 2 ਟੇਬਲਸ ਐਟ ਦਾ ਰੇਟ ਆਫ ਰੁਪੀਸ 600 ਈਚ ਫਰਨੀਚਰ ਪਰਚੇਸ ਕੀਤਾ ਹੈ ਜਦੋਂ ਕਿ ਸਾਫ ਪਤਾ ਲੱਗ ਰਿਹਾ ਹੈ ਜਿਹੜਾ ਬਿਜ਼ਨਸਮੈਨ ਹੈ ਉਹ ਇੱਕ ਗਰੋਸਰੀ ਸਟੋਰ ਟਾਈਪ ਉਹਦੀ ਬਿਜ਼ਨਸ ਹੈ ਫਰਨੀਚਰ ਪਰਚੇਜ਼ ਕੀਤਾ ਹੈ ਫਰਨੀਚਰ ਗੁੱਡਸ ਨਹੀਂ ਹੈਗਾ ਇਹ ਧਿਆਨ ਰੱਖੋ ਜੇਕਰ ਅਸੀਂ ਹੋਰ ਬੁਕਸ ਵੀ ਤਿਆਰ ਕਰਦੇ ਤਾਂ ਇਸ ਦੀ ਐਂਟਰੀ ਜਰਨਲ ਪ੍ਰੋਪਰ ਚ ਆਣੀ ਸੀ ਫਰਨੀਚਰ ਅਕਾਊਂਟ ਡੈਬਿਟ ਟੂ ਨਿਊ ਫਰਨੀਚਰ ਅਮਰੀ ਸਰ ਜੇ ਕੈਸ਼ ਹੁੰਦਾ ਤਾਂ ਫਰਨੀਚਰ ਅਕਾਊਂਟ ਡੈਬਿਟ ਟੂ ਕੈਸ਼ ਬਟ ਜਰਨਲ ਪ੍ਰੋਪਰ ਚ ਆਣੀ ਸੀ ਪਰਚੇਜ਼ ਬੁੱਕ ਚ ਨਹੀਂ ਆਣੀ ਇਹ ਐਂਟਰੀ ਧਿਆਨ ਰੱਖਿਓ ਇਸ ਗੱਲ ਨੂੰ ਉਹਨੇ ਇਹ ਸਾਰੀ ट्रांजੈਕਸ਼ਨ ਨੂੰ ਦਿਮਾਗ 'ਚ ਬਿਠਾਓ ਆਪਾਂ ਹੁਣ ਪਰਚੇਜ਼ ਬੁੱਕ 'ਚ ਇਹਨਾਂ ਨੂੰ ਕਿਵੇਂ ਦਿਖਾਣਾ ਹੈ ਇਹ ਧਿਆਨ ਰੱਖਣਾ ਦੈਟ ਇਜ਼ ਪਰਚੇਸ ਡੇ ਬੁੱਕ ਔਰ ਪਰਚੇਸ ਬੁੱਕ ਡੇ ਬੁੱਕ ਤਾਂ ਕਹਿੰਦੇ ਨੇ ਕਿਉਂਕਿ ਪ੍ਰਤੀ ਦਿਨ ਦੀਆਂ ਹਰ ਜਿਹੜੇ ਚਰਨੋਲੋਜੀਕਲ ਆਰਡਰਸ ਦਿਖਾਉਂਦੇ ਨੇ ਇਹਨੂੰ ਸਭ ਤੋਂ ਪਹਿਲਾਂ ਰਾਮ ਐਂਡ ਕੰਪਨੀ ਦੇਰਾ ਦੂਨ ਦੇਖੋ ਪਰਫਾਰਮਾ ਤੁਹਾਡੇ ਸਾਹਮਣੇ ਡੇਟ ਪਾਰਟਿਕੂਲਰ ਇਨਵਾਇਸ ਨੰਬਰ ਲੈਜ਼ਰ ਫੋਲੀਓ ਡਿਟੇਲ ਐਂਡ ਅਮਾਉਂਟ ਸਭ ਤੋਂ ਪਹਿਲਾਂ ਜੇ ਯਾਦ ਹੋਵੇ ਤੁਹਾਨੂੰ ਕੁਐਸਚਨ ਮੈਂ ਦਿਖਾਇਆ ਸੀ ਤੁਹਾਨੂੰ ਇੱਥੇ ਡਿਸਪਲੇ ਨਹੀਂ ਕਰ ਪਾ ਰਿਹਾ ਤਾਂ ਹੀ ਮੈਂ ਪਹਿਲਾਂ ਕੁਐਸਚਨ ਪੜਾਇਆ ਸੀ ਜੇ ਕੁਐਸਚਨ ਕਲੀਅਰ ਨਹੀਂ ਕੋਰੀ ਪਹਿਲਾਂ ਪਿੱਛੇ ਜਾ ਕੇ ਫਿਰ ਦੇਖੋ ਵੀਡੀਓ ਚ ਰਾਮ ਐਂਡ ਕੰਪਨੀ ਦੇਰਾ ਦੂਨ ਤੋਂ 20 ਕੁਇੰਟਲ ਸ਼ੂਗਰ ਖਰੀਦੀ ਸੀ 1200 ਪਰ ਕਿਲੋ ਦੇ ਹਿਸਾਬ ਨਾਲ 24000 ਦੀ ਹੋਗੀ ਇਨਵੌਇਸ ਨੰਬਰ ਹੁੰਦਾ ਤਾਂ ਅਸੀਂ ਇੱਥੇ ਸ਼ੋਅ ਕਰ ਦਿੰਦੇ ਨਹੀਂ ਆ ਤਾਂ ਛੱਡ ਦੇਣਾ ਇਸ ਤੋਂ ਇਲਾਵਾ ਇਹਦੀ ਡਿਟੇਲ ਕਿੰਨੀ ਬਣ ਗਈ 24000 ਰੁਪਏ ਦੀ 슈ਗਰ ਪਰਚੇਸ ਕੀਤੀ 40 ਬੈਗਸ ਰਾਈਸ ਐਟ ਦਾ ਰੇਟ ਆਫ 1500 ਪਰ ਬੈਗ ਹਾਂਜੀ 40 ਬੈਗ ਖਰੀਦੇ ਨੇ ਹਰ ਬੈਗ ਦੇ ਵਿੱਚ ਦਾ ਰੇਟ ਦੱਸਿਆ ਹੋਇਆ ਰੇਟ ਧਿਆਨ ਰੱਖਣਾ ਜਿੰਨੀ ਕੁਆਂਟੀਟੀ ਖਰੀਦੀ ਹੈ ਸੇਮ ਕੁਆਂਟੀਟੀ ਦਾ ਰੇਟ ਹੋਣਾ ਚਾਹੀਦਾ ਹੈ 40 ਬੈਗ ਨੇ 1500 ਰੁਪਏ ਦਾ ਇੱਕ ਬੈਗ 60000 ਦੇ ਹੋਗੇ ਟੋਟਲ ਬਣ ਗਿਆ 84000 84000 ਉਸਤੇ ਉਹਨੇ 15% ਟ੍ਰੇਡ ਡਿਸਕਾਊਂਟ ਦਿੱਤਾ ਸੀ ਟ੍ਰੇਡ ਡਿਸਕਾਊਂਟ ਨੂੰ ਅਸੀਂ ਘਟਾਉਣਾ ਹੁੰਦਾ ਹੈ ਤਾਂ ਲੈਸ ਰੇਟ ਡਿਸਕਾਊਂਟ ਪਰਚੇਸ ਬੁੱਕ ਦੇ ਵਿੱਚ ਅਸੀਂ ਇਹਨੂੰ ਘਟਾ ਕੇ ਦਿਖਾਉਣਾ ਹੈ ਧਿਆਨ ਰੱਖਿਓ ਆਦਰਵਾਇਜ਼ ਜੇਕਰ ਅਸੀਂ ਜਰਨਲ ਐਂਟਰੀਜ਼ ਕਰਦੇ ਹਾਂ ਤਾਂ ਟ੍ਰੇਡ ਡਿਸਕਾਊਂਟ ਨਹੀਂ ਉਥੇ ਮਾਈਨਸ ਕਰੀਦਾ ਹੁੰਦਾ ਨੈਕਸਟ ਲੈਸਟ ਰੇਟ ਮਾਈਨਸ ਕਰਕੇ ਜੋ ਨੈਟ ਅਮਾਉਂਟ ਹੁੰਦਾ ਉਥੇ ਜਰਨਲ ਐਂਟਰੀ ਦਿਖਾਉਂਦੇ ਨੇ ਬਟ ਇੱਥੇ ਅਸੀਂ ਸ਼ੋ ਕਰਨਾ ਹੈ ਲੈਸਟ ਰੇਟ ਡਿਸਕਾਊਂਟ 15% 84000 ਤੇ 15% ਜਦੋਂ ਅਸੀਂ ਕੈਲਕੂਲੇਟ ਕੀਤਾ ਹੋਇਆ 12600 ਨੈਟ ਅਮਾਉਂਟ ਹੈ ਜਿਹੜਾ 71400 ਬਣ ਗਿਆ ਇੱਥੇ ਲਾਈਨ ਮਾਰ ਦੇਣੀ ਹੈ ਇੱਥੇ ਤੋਂ ਇੱਥੇ ਤੱਕ ਲਾਈਨ ਮਾਰ ਦੇਣੀ ਹੈ ਬਟ ਧਿਆਨ ਰੱਖਿਓ ਅਮਾਉਂਟ ਦੇ ਜਿਹੜਾ ਟੋਟਲ ਅਮਾਉਂਟ ਹੈ ਇਹਦੇ ਵਿੱਚ ਲਾਈਨ ਨਹੀਂ ਮਾਰਨੀ ਕਿਉਂਕਿ ਅਸੀਂ ਸਾਰੀ ਕਾਲਮ ਦਾ ਵੀ ਟੋਟਲ ਕਰਨਾ ਹੈ ਇਹੜੀ ਡਿਟੇਲ ਹੈ ਕਿ ਇੱਕ ट्रांजैक्शन ਦੇ ਨਾਲ ਰਿਲੇਟਡ ਹੈ ਇੱਕ ਬਿਜ਼ਨਸਮੈਨ ਨਾਲ ਜਿਹੜੀ ਹੋ ਰਹੀ ਹੈ 10 ਜੂਨ ਨੂੰ ਭਾਰਤ ਬੂਸ਼ਨ ਐਂਡ ਸਨਸ ਦਿੱਲੀ ਤੋਂ 20 ਟਿਨ ਦੇਸੀ ਘੀ ਈਚ ਕੰਟੇਨਿੰਗ 16 ਕਿਜੀ 120 ਰੁਪਏ ਪਰ ਕਿਜੀ ਦੇ ਹਿਸਾਬ ਨਾਲ ਇਹ ਪਤਾ ਕਿਵੇਂ ਕੱਢਾਂਗੇ ਧਿਆਨ ਨਾਲ 20 16 120 ਪਰ ਕਿਜੀ ਕਿਉਂਕਿ ਪਹਿਲਾਂ 20 ਟਿਨ ਨੇ 16 ਕਿਲੋ ਇੱਕ ਟਿਨ ਚ ਹੈ ਅਸੀਂ ਟੋਟਲ ਕਿਲੋਗ੍ਰਾਮ ਘੀ ਦੀ ਜਿਹੜੀ ਵੈਲਿਊ ਕਰ ਲਈ ਜਿਹੜਾ ਕੀ ਹੈ ਉਹਦੀ ਵੈਲਿਊ ਕੱਢੀ ਕਿਵੇਂ ਕੱਢੀ 20 16 320 ਕਿਲੋਗ੍ਰam ਬਣ ਗਿਆ ਤੇ 1 ਕਿਲੋਗ੍ਰam ਦਾ ਰੇਟ 120 ਹੈ ਉਹਨੂੰ 120 ਨਾਲ ਮਲਟੀਪਲਾਈ ਕੀਤਾ 댓 ਇਜ਼ 38400 ਫਿਰ 1000 ਲੀਟਰ ਕੇਰੋਸਿਨ ਆਇਲ ਖਰੀਦਾ ਹੈ 6 ਪਰ ਲੀਟਰ ਦੇ ਹਿਸਾਬ ਨਾਲ ਹੈ ਇਹ ਵੀ ਲੀਟਰ ਹੈ ਇਹ ਵੀ ਲੀਟਰ ਹੈ ਉੱਪਰਲੀ ਵੈਲਿਊ ਚ ਦੇਖੋ 18 ਸੀ ਰੇਟ ਕਿਲੋਗ੍ਰam ਸੀ ਇਸ ਕਰਕੇ ਪਹਿਲਾਂ 13 ਨੂੰ ਕਿਲੋਗ੍ਰam ਚ ਬਦਲਿਆ ਕਿ ਟੋਟਲ ਕਿੰਨਾ ਕਿਲੋਗ੍ਰam ਦੇਸੀ ਕੀ ਸੀ ਤੇ ਹੁਣ लीटर है लिटरेसी रेट है तो 6000 ਦਾ ਸਿੱਧਾ ਬਣ ਗਿਆ ਕੇਰੋਸਨ ਆਇਲ 44400 ਲੈਸ 10% ਟ੍ਰੇਡ ਡਿਸਕਾਊਂਟ ਦਿੱਤਾ ਸੀ ਮਾਈਨਸ ਕੀਤਾ 44400 ਤੇ 4400 ਆ ਗਿਆ ਤੇ ਨੈਟ ਅਮਾਉਂਟ ਬਣ ਗਿਆ 39960 14th ਜੂਨ ਦੀ ਐਂਟਰੀ ਡੀਅਰ ਸਟੂਡੈਂਟ ਯਾਦ ਕਰੋ ਮੈਟਰੋ ਟ੍ਰੇਡਰਸ ਮੁੰਬਈ ਸੀ 30 ਕੁਇੰਟਲ ਵੀਟ ਰੁਪੀਸ 500 ਪਰ ਕੁਇੰਟਲ ਦੇ ਹਿਸਾਬ ਨਾਲ 15000 ਦੀ ਸੀ 20 ਕੁਇੰਟਲ ਗ੍ਰਾਮ ਐਟ ਦਾ ਰੇਟ 1200 ਪਰ ਕੁਇੰਟਲ ਵੀ ਕੁਇੰਟਲ 1200 ਰੁਪਏ ਦੇ ਹਿਸਾਬ ਨਾਲ 24000 ਦਾ 10 ਕੁਇੰਟਲ ਰਾਈਸ ਐਟ ਦਾ ਰੇਟ ਆਫ 1400 ਪਰ ਕੁਇੰਟਲ ਜੇ 10 ਨੂੰ 1400 ਨਾਲ ਮਲਟੀਪਲਾਈ ਕੀਤਾ ਇਹ ਆ ਗਿਆ 14000 ਟੋਟਲ ਅਮਾਉਂਟ ਮੈਟਰੋ ট্রেਡਰਸ ਮੁੰਬਈ ਤੋਂ ਜਿਹੜਾ ਬਣਿਆ ਪਰਚੇਸ ਕੀਤਾ ਹੋਇਆ ਉਹ ਹੈ 53000 ਗ੍ਰੈਂਡ ਟੋਟਲ ਕਿੰਨਾ ਬਣਿਆ ਇਹ ਤਿੰਨਾਂ ਦਾ ਜੋੜ 164360 164360 ਇਹ ਜਿਹੜਾ ਗ੍ਰੈਂਡ ਟੋਟਲ ਹੈ ਇਹ ਧਿਆਨ ਰੱਖਿਓ ਇਹ ਸਾਰਾ ਦਾ ਸਾਰਾ ਪਰਚੇਸ ਅਕਾਊਂਟ ਨੂੰ ਟਰਾਂਸਫਰ ਹੋ ਜਾਂਦਾ ਹੁੰਦਾ ਹੈ ਕਲੀਅਰ ਜਦੋਂ ਅਸੀਂ ਲੈਦਰ ਪੋਸਟਿੰਗ ਕਰਦੇ ਤਾਂ ਪਰਚੇਸ ਅਕਾਊਂਟ ਚਲਾ ਜਾਂਦਾ ਹੈ ਬਾਕੀ ਟਰਾਂਜੈਕਸ਼ਨ ਨਹੀਂ ਆਈ ਕਿਉਂਕਿ ਇੱਕ ਟਰਾਂਜੈਕਸ਼ਨ ਫਰਨੀਚਰ ਦੀ ਸੀ ਇੱਕ ਕੈਸ਼ ਸੀ ਉਹ ਟਰਾਂਜੈਕਸ਼ਨ ਪਰਚੇਸ ਡੇ ਬੁੱਕ ਦੇ ਵਿੱਚ ਨਹੀਂ ਆਣੀ ਆ ਹੁਣ ਇਹ ਟਰਾਂਜੈਕਸ਼ਨਸ ਕਲੀਅਰ ਨੇ ਧਿਆਨ ਰੱਖਿਓ ਇਸ ਚੀਜ਼ ਨੂੰ ਇਸ ਤੋਂ ਵੱਡੇ ਸਟੂਡੈਂਟ ਤੁਹਾਡੇ ਸਾਹਮਣੇ ਪਰਚੇਸ ਡੇ ਬੁੱਕ ਮੈਂ ਦੁਬਾਰਾ ਆਏ تھے ਤੁਹਾਡੀ ਸਹੂਲਤ ਲਈ ਦਿਖਾਈ ਹੈ ਜੰਗਾਂ ਦੀ ਪ੍ਰੋਬਲਮ ਰਹਿੰਦੀ ਹੈ ਜਦੋਂ ਅਸੀਂ ਸਕਰੀਨ ਤੇ ਕਰਦੇ ਹਾਂ ਲੇਜ਼ਰ ਪੋਸਟਿੰਗ ਕਿਵੇਂ ਕਰੀਦੀ ਹੈ ਦੇਖੋ ਲੇਜ਼ਰ ਕਿਹੜੇ ਬਣੇ ਪਹਿਲਾ ਬਿਜ਼ਨਸਮੈਨ ਸੀ ਰਾਮ ਐਂਡ ਕੰਪਨੀ ਦੇਰਾ ਦੁਨ ਰਾਮ ਐਂਡ ਕੰਪਨੀ ਅਕਾਊਂਟ ਬਣਾ ਲਿਆ ਫਿਰ ਭਾਰਤ ਭੂਸ਼ਣਨ ਸੰਸ ਦਿੱਲੀ ਸੀ ਭਾਰਤ ਭੂਸ਼ਣਨ ਸੰਸ ਦਾ ਲੈਜਰ ਅਕਾਊਂਟ ਬਣਾ ਲਿਆ ਫਿਰ ਮੈਟਰੋ ট্রেਡਰ ਮੁੰਬਈ ਸੀ ਮੈਟਰੋ ট্রেਡਰ ਦਾ ਅਕਾਊਂਟ ਬਣਾ ਲਿਆ ਤੇ ਸਾਰੀ ਪਰਚੇਸ ਡੇ ਬੁੱਕ ਦਾ ਟੋਟਲ ਮੈਂ ਤੁਹਾਨੂੰ ਦੱਸਿਆ ਸੀ ਪਰਚੇਸ ਅਕਾਊਂਟ ਜਾਂਦਾ ਤਾਂ ਪਰਚੇਸ ਅਕਾਊਂਟ ਵੀ ਬਣਾ ਲਿਆ ਪੋਸਟਿੰਗ ਕਿਵੇਂ ਕਰਨੀ ਹੈ ਪਰਚੇਸ ਅਕਾਊਂਟ ਦੇ ਵਿੱਚ ਤਾਂ ਲਿਖਣ ਦਾ ਇੱਕ ਟੰਗ ਹੈ ਇਹ ਜਿਹੜੀ ਕਨਵੈਂਸ਼ਨ ਚੱਲੀ ਆ ਰਹੀ ਆ ਪਰੰਪਰਾਵਾ ਟੂ ਸੰਡਰੀਜ਼ ਐਸ ਪਰ ਪਰਚੇਸ ਬੁੱਕ ਟੂ ਸੰਡਰੀਜ਼ ਮਤਲਬ ਬਹੁਤ ਟਾਈਪ ਦੀ ਪਰਚੇਸ ਹੈ ਕਿੜੀ-ਕਿੜੀ ਟਾਈਮ ਦੀ ਜਿਹੜੀ ਪਰਚੇਸ ਬੁੱਕ ਦੇ ਅਨੁਸਾਰ ਹੈ ਟੋਟਲ ਕਿੰਨੀ ਸੀ 164360 ਕਲਕ 64360 ਦੀ ਪਰਚੇਸ ਸੀ ਅਸੀਂ ਟੋਟਲ ਇੱਥੇ ਦਿਖਾ ਦੇਣੀ ਹੈ 30th ਜੂਨ ਨੂੰ ਐਟ ਦਾ ਐਂਡ ਆਫ ਮੰਥ ਧਿਆਨ ਨਾਲ ਕਿਉਂਕਿ ਮਹੀਨੇ ਦੇ ਐਂਡ ਦੇ ਵਿੱਚ ਦਿਖਾਣੀ ਹੈ ਇਸ ਤੋਂ ਅੱਗੇ ट्रांजੈਕਸ਼ਨ ਨਹੀਂ ਆਈਆਂ ਸੀ ਜੂਨ ਦਾ ਮਹੀਨਾ 30 ਜੂਨ 2018 ਨੂੰ ਦਿਖਾਤਾ ਟੂ ਸੈਂਡਰੀਜ਼ ਐਸ ਪਰ ਪਰਚੇਸ ਬੁੱਕ ਦੈਟ ਇਜ਼ ਆ ਵੇ ਪਰਚੇਜ਼ ਅਕਾਊਂਟ ਦੇ ਵਿੱਚ ਸਾਨੂੰ ਪਤਾ ਪਰਚੇਜ਼ ਡੈਬਿਟ ਹੁੰਦੀ ਹੈ ਤਾਂ ਡੈਬਿਟ ਸਾਈਡ ਤੇ ਪੋਸਟਿੰਗ ਆ ਗਈ ਜੇ ਸੇਲ ਹੁੰਦੀ ਤਾਂ ਕ੍ਰੈਡਿਟ ਸਾਈਡ ਤੇ ਆਣੀ ਸੀ ਕਿਉਂਕਿ ਸੇਲ ਕ੍ਰੈਡਿਟ ਹੁੰਦੀ ਹੈ ਕਲੀਅਰ ਇਸ ਤੋਂ ਬਾਅਦ ਜਦੋਂ ਪਰਚੇਜ਼ ਦੇ ਕਰਕੇ ਪਰਚੇਜ਼ ਅਕਾਊਂਟ ਡੈਬਿਟ ਹੋਇਆ ਤਾਂ ਇਹ ਸਾਰੇ ਪਰਸਨਸ ਦੇ ਅਕਾਊਂਟ ਜਿਨ੍ਹਾਂ ਤੋਂ ਅਸੀਂ ਕ੍ਰੈਡਿਟ ਪਰਚੇਜ਼ ਕੀਤੀ ਹੈ ਤਾਂ ਇਹ ਕ੍ਰੈਡਿਟ ਹੋਣਗੇ ਕਿਉਂਕਿ ਇਹ ਗੀਵਰ ਨੇ ਸਾਨੂੰ ਵਸਤੂਆਂ ਦੇਣ ਵਾਲੇ ਨੇ ਰਾਮ ਐਂਡ ਕੰਪਨੀ ਚ ਬਾਏ ਪਰਚੇਜ਼ 71400 ਧਿਆਨ ਨਾਲ ਨੈਟ ਅਮਾਊਂਟ ਸ਼ੋਅ ਕਰ ਰਹੇ ਹਾਂ ਜੋ ਟ੍ਰੇਡ ਡਿਸਕਾਊਂਟ ਦਿਖਾਨ ਤੋਂ ਬਾਅਦ ਭਾਰਤ ਹੂਸ਼ਨੰਡ ਕੰਪਨੀ ਚ ਬਾਇ ਪਰਚੇਸ 39960 ਜੋ ਨੈਟ ਅਮਾਉਂਟ ਸੀ ਮੈਟਰੋ ট্রেਡਰ ਮੁੰਬਈ ਚ 53000 ਜੋ ਨੈਟ ਅਮਾਉਂਟ ਸੀ ਅਸੀਂ ਉਹ ਸ਼ੋ ਕਰਤਾ ਬਾਇ ਪਰਚੇਸ ਕਲੀਅਰ ਇਹ ਪੋਸਟਿੰਗ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਇੱਕ ਕੰਪਲੀਟ ਕੁਸ਼ਚਨ ਹੈ ਡੀਅਰ ਸਟੂਡੈਂਟ ਨੈਕਸਟ ਇੱਕ ਨਿਊਮੈਰਿਕਲ ਆਪਾਂ ਹੋਰ ਕਰਦੇ ਹਾਂ ਇਸ ਕੁਸ਼ਚਨ ਤਾਂ ਕਿ ਪਰਚੇਸ ਬੁੱਕ ਸਾਨੂੰ ਕਨਫਰਮ ਹੋ ਸਕੇ ਇਸ ਕੁਸ਼ਚਨ ਦੇ ਵਿੱਚ ਕੀ ਹੈ ਜੀਐਸਟੀ ਵੀ ਹੈ ਨਾਲ परचेज टेन मोबाइल परचेज बुक बनानी है परचेज टेन मोबाइल फोन वन प्लस कंपनी है रुपीस थर्टी टू थाउजेंड ईच फ्रॉम मनीषा बहलो ऑफ अमृतसर एट ए ट्रेड डिस्काउंट ऑफ टेन परसेंट प्लस फ्रेट टू थाउजेंड सी जी एस टी एंड एस जी एस टी टू परसेंट ईच और खर्चा भी पै रहा भी फ्रेट का ट्रेड डिस्काउंट भी अलाउ किया जा रहा है एक ही एंट्री बहुत कुछ है इस क्वेश्चन बहुत कुछ सीखने को मिलेगा पेसेंसली सीख कहीं करनी ਕਿਉਂਕਿ ਬਹੁਤ ਇੰਪੋਰਟੈਂਟ ਹੈ 8th ਜਨਵਰੀ ਪਰਚੇਸਡ ਇਨ ਕੈਸ਼ 20 ਮੋਬਾਈਲ ਫੋਨ Samsung ਇਹ ਦੀ ਦੇਖੋ ਕੰਪਨੀ ਦਾ ਨਾਮ ਤੇ ਉਹਦਾ ਜੋ ਬ੍ਰਾਂਡ ਹੈ ਜੋ ਉਹਦਾ ਨੰਬਰ ਹੈ ਜਿਸ ਟਾਈਪ ਦੀ ਕੁਆਲਿਟੀਜ਼ ਹੁੰਦੀਆਂ ਨੇ ਅਲੱਗ-ਅਲੱਗ ਟਾਈਪ ਦੇ ਮਾਡਲ ਜਿਹੜੇ ਆਂਦੇ ਨੇ ਉਹ ਸਾਰਾ ਦਿੱਤਾ ਹੋਇਆ ਹੁੰਦਾ ਹੈ ਤਾਂ ਹੀ ਇਹਦੇ ਵਿੱਚ ਡਿਟੇਲ ਸ਼ੋ ਕੀਤੀ ਜਾਂਦੀ ਹੈ ਐਟ ਦਾ ਰੇਟ 40000 ਈਚ ਐਟ ਦਾ ਟਰੇਡ ਡਿਸਕਾਊਂਟ ਆਫ 15% ਐਂਡ ਪੇਡ 28% IGST ਧਿਆਨ ਰੱਖਿਓ CGST SGST ਤਾਂ ਉਹ ਸ਼ੋ ਕਰਾਂਗੇ IGST ਹੈ ਤੁਹਾਨੂੰ ਪਤਾ ਸਾਰਿਆਂ ਨੂੰ ਇੰਟਰ ਸਟੇਟ ट्रांजैक्शन ਦੇ ਲਈ ਹੁੰਦੀ ਹੈ IGST CGST ਦੇ SGST ਇੰਟਰ ਸਟੇਟ ਦੇ ਲਈ ਜੇ ਸਟੇਟ ਦੇ ਵਿੱਚ ਹੀ ਹੋਣ ਪਰਚੇਸਡ ਓਨ ਕ੍ਰੈਡਿਟ ਟੂ ਸੋਫਾ ਸੈਟਸ ਫਰਮ ਮਨਪ੍ਰੀਤ ਕੋਰ ਐਟ ਦਾ ਰੇਟ ਆਫ 30000 ਈਚ ਪਲਸ 14% CGST ਐਂਡ 14% SGST ਦੇਖੋ ਮੋਬਾਈਲ ਖਰੀਦ ਰਿਆ ਸੀ ਸਾਫ ਪਤਾ ਲੱਗ ਰਿਹਾ ਮੋਬਾਈਲ ਦਾ ਡੀਲਰ ਸੀ ਸੋਫਾ ਸੈਟ ਖਰੀਦੇ ਨੇ ਪਰਚੇਸ ਤਾਂ ਹੋਈ ਹੈ ਬਟ ਇਹ ਬਿਜ਼ਨਸ ਦੀ ਐਸਟ ਹੈ ਇਹ ਇਹਨੂੰ ਅਸੀਂ ਜਰਨਲ ਪ੍ਰੋਪਰ ਚ ਦਿਖਾਣਾ ਸੀ ਅਸੀਂ ਪਰਚੇਸ ਬੁੱਕ ਚ ਨਹੀਂ ਦਿਖਾਵਾਂਗੇ ਇਹਨੂੰ ਜਨਵਰੀ 18th ਪਰਚੇਸ 20 ਮੋਬਾਈਲ ਫੋਨ 1+ ਐਟ ਦਾ ਰੇਟ 40000 ਫਰਮ ਜੈਸਲੀਨ ਕੋਰ ਆਫ ਮੋਗਾ ਐਟ ਦਾ ਪ੍ਰੇਟੋ ਐਟ ਟ੍ਰੇਡ ਡਿਸਕਾਊਂਟ 20% ਪਲੱਸ ਫਰੇਟ 5000 ਸੀਜੀਐਸਟੀ ਐਂਡ ਐਸਜੀਐਸਟੀ 14000 ਫਰੇਟ ਕੀ ਹੁੰਦਾ ਜਦੋਂ ਅਸੀਂ ਕਿਸ ਚੀਜ਼ਾਂ ਨੂੰ ਕੈਰੀ ਕਰਦੇ ਆ ਤਾਂ ਉਹਨਾਂ ਨੂੰ ਲੈ ਕੇ ਆਉਣ ਦਾ ਖਰਚਾ ਹੁੰਦਾ ਹੈ ਰਸਤੇ ਦੇ ਵਿੱਚ ਜੋ ਕੈਰੀ ਕਰਕੇ ਆਉਂਦੇ ਨੇ ਵਹੀਕਲ ਉਹਨਾਂ ਦਾ ਖਰਚਾ ਹੈ ਫਰੇਟ ਹੈ ਨੈਕਸਟ ਵਨ ਇਹਨੂੰ ਵੀ ਸ਼ੋ ਕਰਨਾ ਪੈਂਦਾ ਹੁੰਦਾ ਹੈ ਨੈਕਸਟ ਵਨ ਸਾਡੇ ਕੋਲ ਪਰਚੇਸ ਰੁਪਈਆ 12 ਮੋਬਾਈਲਸ ਫੋਨ ਆਫ ਐਪਲ ਐਟ ਦਾ ਰਿਵਾ ਜੀਵਾ ਐਪਲ ਦੇ ਫੋਨ ਨੇ ਪਹਿਲਾਂ ਸੈਮਸੰਗ ਦੇ ਖਰੀਦੇ OnePlus ਦੇ ਸ਼ਕਲ ਵੀ ਯਾਦ ਆ ਰਹੀ ਹੋਏਗੀ ਬੱਚਿਆਂ ਨੂੰ ਯੈਸ ਐਪਲ ਦਾ 75000 ਦਾ ਫਰੋਮ ਸਤਨਾਮ ਸਿੰਘ ਆਫ ਦਿੱਲੀ ਐਟ ਦਾ ਰੇਟ ਆਫ ਟ੍ਰੇਡ ਡਿਸਕਾਊਂਟ 10% ਪਲੱਸ ਫਰੇਟ 3000 ਆਈਜੀਐਸਟੀ 28% IGST ਸਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਸਟੇਟ ਤੋਂ ਦੂਸਰੇ ਸਟੇਟ ਦੀ ट्रांजੈਕਸ਼ਨਸ ਲੱਗਦਾ ਹੈ ਮੇਰੀ GST ਵਾਲੀ ਵੀਡੀਓਜ਼ ਡਿਟੇਲ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਿੰਨ ਵੀਡੀਓਜ਼ ਨੇ ਹਿੰਦੀ ਤੇ ਪੰਜਾਬੀ ਦੋਨੋਂ ਵਰਜ਼ਨਸ ਦੇ ਵਿੱਚ ਨੇ ਉਹ ਤੇ IGST ਲੱਗਦਾ ਇੰਟਰਸਟ ਇੰਟਰਸਟੇਟ ਦੇ ਵਿੱਚ ਇੱਕ ਸਟੇਟ ਤੋਂ ਦੂਸਰੇ ਸਟੇਟ CGST ਤੇ SGST ਜਿਹੜਾ GST ਲੱਗਦਾ ਇਹ ਲੱਗਦਾ ਹੈ ਇੱਕੋ ਹੀ ਸਟੇਟ ਦੇ ਅੰਦਰ ਜਿਹੜਾ ट्रांजੈਕਸ਼ਨ ਹੋ ਰਹੀ ਹੈ ਆਓ ਇਸ ਕੁਐਸਚਨ ਨੂੰ ਸੋਲਵ ਕਰੀਏ ਯੇ ਸਟੂਡੈਂਟ ਪਰਚੇਸ ਬੁੱਕ ਬਣੀ ਹੋਈ ਹੈ ਇਕਵਰੀ ਪਰਫਾਰਮਾ ਦੇਖ ਲਓ ਜੇ ਮੈਂ ਇੱਕ ट्रांजैक्शन ਦਿਖਾਤੀ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਹੈ ਪਹਿਲੀ ट्रांजैक्शन ਧਿਆਨ ਨਾਲ ਸਮਝੋ ਡੀਟੇਲ ਕੋਸਟ ਕੈਸ਼ ਫਰੇਟ ਇਨਪੁਟ CGST ਇਨਪੁਟ SGST ਇਨਪੁਟ IGST ਟੋਟਲ ਫਰੇਟ ਜਾਂ ਜੇਕਰ ਹੋਰ ਖਰਚਾ ਹੋਵੇ ਉਹਦੀ ਕਾਲਮ ਅਸੀਂ ਅਲੱਗ ਇਸ ਤਰ੍ਹਾਂ ਬਣਾਣੇ ਹੁੰਦੇ ਆ ਮੈਂ ਪਹਿਲਾਂ ਕਿਹਾ ਪਰਚੇਸ ਇੱਕ ਸਟੇਟਮੈਂਟ ਹੈ ट्रांजैक्शंस ਅਕੋਰਡਿੰਗਲੀ ਪਰਫਾਰਮਾ ਚੇਂਜ ਹੁੰਦਾ ਰਹਿੰਦਾ ਹੈ ਸਭ ਤੋਂ ਪਹਿਲਾਂ ਜਨਵਰੀ 3 ਮਨੀਸ਼ਾ ਬਹਿਲ ਅੰਮ੍ਰਿਤਸਰ ਤੋਂ ਕੀ ਪਰਚੇਜ਼ ਕੀਤਾ ਸੀ 10 ਮੋਬਾਈਲ OnePlus ਕੰਪਨੀ ਸੀ ਇਹ ਨਾਲ ਲਿਖ ਦਿੰਦੇ ਹੁੰਦੇ ਨੇ ਐਟ ਦਾ ਰੇਟ ਆਫ 32000 ਇਸ 32000 ਦਾ ਇੱਕ ਡਿਟੇਲ ਬਣ ਗਈ 320000 ਓਕੇ ਹੁਣ ਟ੍ਰੇਡ ਡਿਸਕਾਊਂਟ ਦਿੱਤਾ ਸੀ ਉਹਨੇ ਸਭ ਤੋਂ ਪਹਿਲਾਂ ਲੈਸ ਟ੍ਰੇਡ ਡਿਸਕਾਊਂਟ ਕਰੀਦਾ ਹੁੰਦਾ ਹੈ ਲੈਸ ਟ੍ਰੇਡ ਡਿਸਕਾਊਂਟ 10% ਕਿਉਂਕਿ ਇਹ ਕੈਟਲੋਗ ਪ੍ਰਾਈਸ ਦੇ ਉੱਤੇ ਹੁੰਦਾ ਹੈ 32000 ਬਣ ਗਿਆ 32000 ਤੇ Net amount ਰਹੇਗਾ 288000 ਜੇਕਰ ਕੁਝ ਹੋਰ ਨਾ ਹੁੰਦਾ ਤਾਂ ਅਸੀਂ ਨੈਟ ਅਮਾਊਂਟ ਨੂੰ ਦਿਖਾ ਦੇਣਾ ਸੀ ਟੋਟਲ ਦੇ ਵਿੱਚ ਬਟ ਹਜੇ ਉਸਤੇ ਫਰੇਟ ਸੀ ਫਰੇਟ ਨਾਲ ਬਿਜ਼ਨਸ ਦਾ ਖਰਚਾ ਵੱਧ ਗਿਆ ਇਹ ਵੀ ਚਾਰਜਿੰਗ ਵੱਧ ਗਈ ਮੋਬਾਈਲ ਦੀ ਕੋਸਟ ਵੀ ਵੱਧ ਗਈ ਫਰੇਟ ਕਿੰਨਾ ਲੱਗਿਆ 2000 ਇੱਥੇ ਸ਼ੋ ਕਰਦਾ ਸੀ ਉਸ ਤੋਂ ਬਾਅਦ ਇਹ ਬਣ ਗਿਆ 290000 ਫਿਰ ਇਹਨਾਂ ਤੇ 14% ਈਚ ਸਿੱਧਾ 28% ਕੈਲਕੂਲੇਟ ਕਰ ਲਓ ਜਾਂ 14 14% ਕੈਲਕੂਲੇਟ ਕਰੋ ਸੀਜੀਐਸਟੀ ਤੇ ਐਸਜੀਐਸਟੀ ਨੇ ਇਹ ਕੈਲਕੂਲੇਸ਼ਨ ਜਦੋਂ ਕੀਤੀ 290000 ਦੇ ਉੱਤੇ ਇਹ ਬਣਿਆ ਸਾਡੇ ਕੋਲ 40000 600 yes 14% ਇੱਕ ਗੱਲ ਧਿਆਨ ਰੱਖਿਓ ਸਟੂਡੈਂਟ ਜਿੰਨਾ CGST ਆ ਓਨਾ ਹੀ SGST ਦੋਨੋਂ ਅਸੀਂ 14% ਕੈਲਕੂਲੇਟ ਕੀਤੇ 40600 40600 ਗਰੋਸ ਜਿਹੜਾ ਅਮਾਉਂਟ ਹੈ ਮੋਬਾਈਲਸ ਉਸ ਟਾਈਮ ਕਿੰਨੇ ਚ ਪਏ GST ਸਮੇਤ 371200 ਦੇ ਹੁਣ ਅਸੀਂ ਇਹਦੀ ਬਾਇਫਰਕੇਸ਼ਨ ਕਰਨੀ ਹੈ ਤਾਂ ਡਿਟੇਲ ਸੀ ਇਹ ਸਾਰੇ ਦੇ ਸਾਰੇ ਜਿਹੜੇ ਆਏ ਨੇ ਇਹਨਾਂ ਦੀ ਬਾਇਫਰਕੇਸ਼ਨ ਕਰਨੀ ਹੈ ਕਾਲਮ ਦੇ ਇਨਸਾਨ ਦੇਖੋ ਉਹਦੀ ਕੋਸਟ ਮੋਬਾਈਲਸ ਦੀ ਐਕਚੁਅਲੀ ਟ੍ਰੇਡ ਡਿਸਕਾਊਂਟ ਤੋਂ ਬਾਅਦ 288000 ਸੀ ਫਿਰ ਫਰੇਟ 2000 ਇਨਪੁਟ CGST 40600 ਇਨਪੁਟ SGST 40600 IGST ਹੈ ਨਹੀਂ ਸੀ ਤਾਂ ਟੋਟਲ ਅਮਾਉਂਟ ਕਿੰਨਾ ਸੀ 371200 ਇੱਕ ਗੱਲ ਧਿਆਨ ਰੱਖੋ ਸਟੂਡੈਂਟ ਜਿਹੜਾ CGST ਦੇ SGST ਕੈਲਕੂਲੇਟ ਕੀਤਾ ਹੈ ਇਹ ਅਸੀਂ ਜਦੋਂ ਫਰੇਟ ਪੇ ਕਰਕੇ ਟੋਟਲ ਕੋਸਟ ਬਣੀ ਹੈ ਉਸ ਦੇ ਉੱਪਰ ਕੈਲਕੂਲੇਟ ਕੀਤਾ ਹੈ ਧਿਆਨ ਰੱਖਿਓ ਇਸ ਗੱਲ ਨੂੰ 290000 ਦੇ ਉੱਤੇ ਅਸੀਂ 14% ਕੈਲਕੂਲੇਟ ਕੀਤਾ 댓 ਇਜ਼ 406400 40600 ਹੁਣ ਜੇ ਪਹਿਲੀ ट्रांजैक्शन ਕਲੀਅਰ ਹੈ ਬਾਕੀ ਆਪਾਂ ਜਲਦੀ ਜਲਦੀ ਕਰਦੇ ਹਾਂ ਜਸਲੀਨ ਕੋਲ ਮੋਗਾ ਤੋਂ 20 ਮੋਬਾਈਲਸ 1+ 40000 ਦਾ ਇੱਕ 8 ਲੱਖ ਦੇ ਬਣ ਗਏ ਇਹੀ ਸੀ ਕੱਲੇ ਖਰੀਦੇ ਲੈਸ ਟ੍ਰੇਡ ਡਿਸਕਾਊਂਟ ਸੇਮ ਉਸੇ ਤਰ੍ਹਾਂ 1 ਲੱਖ 60000 20% ਟ੍ਰੇਡ ਡਿਸਕਾਊਂਟ ਦਿੱਤਾ ਸੀ 8 ਲੱਖ ਤੇ 20% ਕੈਲਕੂਲੇਟ ਕੀਤਾ 1 ਲੱਖ 60000 Net amount ਰਹਿ ਗਿਆ 6 ਲੱਖ 40000 ਫਰੇਟ ਪੇ ਕੀਤਾ ਕੋਸਟ ਵਧ ਗਈ 5000 ਟੋਟਲ ਕੋਸਟ ਬਣ ਗਈ 6 ਲੱਖ 45000 ਫਿਰ ਉਸੇ ਤਰ੍ਹਾਂ ਸੀ GST ਤੇ SGST ਕੈਲਕੂਲੇਟ ਕੀਤਾ 14% Each 90000 390300 6 ਲੱਖ 45000 ਦੇ ਉੱਤੇ ਤਾਂ ਟੋਟਲ ਜਿਹੜਾ ਅਮਾਊਂਟ ਬਣ ਗਿਆ ਜੀਐਸਟੀ ਦੇ ਨਾਲ 825600 ਉਸ 825600 ਨੂੰ ਅਸੀਂ ਉਹਨੂੰ ਬਾਇ ਫ੍ਰੀਕਟ ਕਰਨਾ ਹੈ ਅਡਡ ਵਨ ਕੇ ਦਿਖਾਣਾ ਹੁੰਦਾ ਜਸਟ ਲਾਈਕ ਕਾਲਮਨਰ ਇਹਦੀ ਕਾਲਮਨਰ ਫਾਰਮੇਸ਼ਨ ਬਣਾ ਦੇਣੀ ਹੈ ਜਿਵੇਂ ਯਾਦ ਹੋਏਗਾ ਮੈਂ ਕਾਲਮਨਰ ਪੈਟਿਕਾਸ਼ਵ ਕੋ ਬਣਾਈ ਸੀ ਕੋਸਟ 64000 ਸੀ ਇਹਦੀ ਯੈਸ ਫ੍ਰੀਟ 5000 ਇਨਪੁਟ ਸੀਜੀਐਸਟੀ 90300 ਐਸਜੀਐਸਟੀ 90300 ਤੇ ਟੋਟਲ ਅਮਾਉਂਟ 825600 ਥਰਡ ਵਨ ਸੀ ਸਤਨਾਮ ਸਿੰਘ ਐਂਡ ਦੇ ਲਈ 12 ਮੋਬਾਈਲ ਫੋਨ Apple ਦੇ 75000 ਈਚ 9 ਲੱਖ ਲੈਸ ਟ੍ਰੇਡ ਡਿਸਕਾਊਂਟ 10% ਫਰੇਟ ਇਹ ਸਾਰਾ ਐਡ ਕਰਕੇ 9 ਲੱਖ ਤੇ 10% ਕਲਰ ਦਾ ਟ੍ਰੇਡ ਡਿਸਕਾਊਂਟ ਮਾਈਨਸ ਕੀਤਾ 90000 ਜਦੋਂ ਮਾਈਨਸ ਕੀਤਾ ਕੈਲਕੂਲੇਸ਼ਨ ਤੋਂ ਬਾਅਦ ਇਹ ਆ ਗਿਆ 8 ਲੱਖ 10000 ਐਡ ਫਰੇਟ ਫਰੇਟ ਐਡ ਕਰਤਾ 3000 ਦਿੱਤਾ ਵਿਆ ਸੀ ਟੋਟਲ ਕੋਸਟ ਕਿੰਨੀ ਬਣਗੀ 8 ਲੱਖ 13000 ਉਸ ਤੋਂ ਬਾਅਦ ਐਡ ਆਈਜੀਐਸਟੀ ਆਈਜੀਐਸਟੀ ਕੈਲਕੂਲੇਟ ਕੀਤਾ ਹੋਇਆ ਸੀ 28% 8 ਲੱਖ 13 ਹਜ਼ਾਰ ਤੇ ਜਦੋਂ 28% ਕੈਲਕੂਲੇਟ ਕੀਤਾ दैट इज 2 ਲੱਖ 27640 ਤੇ ਗ੍ਰੋਸ ਅਮਾਉਂਟ ਬਣ ਗਿਆ 1040 10 ਲੱਖ 40 ਹਜ਼ਾਰ 640 10 ਲੱਖ 40 ਹਜ਼ਾਰ 640 ਦਾ ਗ੍ਰੋਸ ਅਮਾਉਂਟ ਫਿਰ ਅਸੀਂ ਇਹਨੂੰ ਬਾਇ ਫ੍ਰੇਟ ਕਰ ਦੇਣਾ ਉਸੇ ਤਰ੍ਹਾਂ ਅੱਢ ਅੱਢ ਹਿੱਸਿਆਂ ਦੇ ਵਿੱਚ ਕੋਸਟ ਅਲੱਗ ਫ੍ਰੇਟ ਅਲੱਗ ਆਈਜੀਐਸਟੀ ਇਸ ਵਾਰ ਤੇ ਟੋਟਲ ਅਮਾਉਂਟ ਉਸ ਤੋਂ ਬਾਅਦ ਹਰ ਕਾਲਮ ਦਾ ਟੋਟਲ ਕੀਤਾ ਫॉर ਯੂਰ ਕਾਈਂਡ ਇਨਫੋਰਮੇਸ਼ਨ ਮੈਂ ਦੱਸਾਂ ਇਹ ਹਰ ਕਾਲਮ ਦਾ ਟੋਟਲ ਕੀਤਾ ਜਿਹੜੀ ਟੋਟਲ ਕੋਸਟ ਹੈ ਸਾਡੇ ਕੋਲ ਕਿੰਨੀ ਬਣ ਗਈ 17,38,000 ਉਸ ਤੋਂ ਬਾਅਦ ਫਰੇਟ ਕਿੰਨਾ 10000 ਇਨਪੁਟ CGST 1,30,901,30,900 ਤੇ IGST ਹੈ 2,27,640 ਤੇ ਟੋਟਲ ਬਣ ਗਿਆ ਜਿਹੜਾ ਗ੍ਰੈਂਡ ਟੋਟਲ 22,37,400 22 ਲੱਖ ਹੈ ਰੀਅਲੀ ਸੌਰੀ 22 ਲੱਖ 37440 ਬਾਈ ਲੱਖ 37440 ਗ੍ਰੈਂਡ ਟੋਟਲ ਬਣ ਗਿਆ ਪਰਚੇਸ ਬੁੱਕ ਦਾ ਸਮਝ ਲਗਿਆ ਇੱਕ ट्रांजैक्शन ਕੈਸ਼ ਦੀ ਸੀ ਤੇ ਇੱਕ ਉਹਨੇ ਫਰਨੀਚਰ ਪਰਚੇਸ ਕੀਤਾ ਸੀ ਉਹਨੂੰ ਅਸੀਂ ਪਰਚੇਸ ਬੁੱਕ ਚ ਨਹੀਂ ਸ਼ੋ ਕਰਨਾ ਆਈ ਥਿੰਕ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਬੜਾ ਇੰਪੋਰਟੈਂਟ ਹੈ ਆਓ ਜਲਦੀ ਜਲਦੀ ਹੁਣ ਅੱਗੇ ਵਧੀਏ sales book credit sale ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਡੇਟ ਪਾਰਟਿਕੁਲਰਸ ਆਊਟਵਰਡ ਇਨਵੋਇਸ ਕਿਉਂਕਿ ਸੇਲ ਕੀਤੀ ਹੈ ਤਾਂ ਅਸੀਂ ਕਸਟਮਰ ਨੂੰ ਇਨਵੋਇਸ ਨੰਬਰ ਬਿੱਲ ਕੱਟ ਕੇ ਦਿੰਦੇ ਹਾਂ ਤਾਂ ਉਹਦਾ ਨੰਬਰ ਹੁੰਦਾ ਹੈ ਲੈਜਰ ਫੋਲਿਓ ਅਮਾਉਂਟ ਡਿਟੇਲ ਟੋਟਲ ਰਿਮਾਰਕਸ ਨੈਕਸਟ ਵਨ ਟੋਟਲ ਸੇਲ ਨੀਚੇ ਸ਼ੋ ਕਰੀਦੀ ਹੁੰਦੀ ਹੈ ਆਓ ਜਲਦੀ ਨਾਲ ਸੇਲ ਬੁੱਕ ਤੇ ਸੇਲ ਅਕਾਊਂਟ 'ਚ ਡਿਫਰੈਂਸ ਦੇਖੀਏ ਸੇਲ ਬੁੱਕ ਸਬਸਟਰੀ ਬੁੱਕ ਹੈ ਜਿਹੜੀ ਸੇਲ ਅਕਾਊਂਟ ਹੈ ਪ੍ਰਿੰਸੀਪਲ ਬੁੱਕ ਹੈ ਕਿਉਂਕਿ ਲੈਜਰ ਹੈ ਬੁੱਕ ਆਫ origional ਰਿਕਾਰਡ ਕਿਹਾ ਜਾਂਦਾ ਹੈ ਇਹ ਸਮਰੀ ਹੁੰਦੀ ਹੈ ਸੇ ਜਿਹੜੀ ਸੇਲ ਬੁੱਕ ਹੈ ਇੱਕ ਸਟੇਟਮੈਂਟ ਹੁੰਦੀ ਹੈ ਕਿਉਂਕਿ ट्रांजैक्शंस ਦੇ ਅਕੋਰਡਿੰਗਲੀ ਜ਼ਰੂਰ ਦੇ ਅਨਸਾਰ ਚੇਂਜ ਹੁੰਦਾ ਰਹਿੰਦਾ ਹੈ ਫਲੈਕਸੀਬਿਲਟੀ ਪਾਈ ਜਾਂਦੀ ਹੈ ਇਟਸ ਆ ਫਾਰਮ ਆਫ ਅਕਾਊਂਟ ਲੈਜਰ ਅਕਾਊਂਟ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਰਿਕਾਰਡ ਓਨਲੀ ਕ੍ਰੈਡਿਟ ਸੇਲ ਆਫ ਗੁੱਡਸ ਸੇਲ ਬੁੱਕ 'ਚ ਸਿਰਫ ਕ੍ਰੈਡਿਟ ਸ਼ੋ ਸੇਲ ਸ਼ੋ ਹੁੰਦੀ ਹੈ ਜਦੋਂ ਕਿ ਸੇਲਜ਼ ਅਕਾਊਂਟ 'ਚ ਕੈਸ਼ ਤੇ ਕ੍ਰੈਡਿਟ ਦੋਨੋਂ ਸੇਲ ਸ਼ੋ ਕਰਦੇ ਨੇ ਸੇਲ ਬੁੱਕ ਦੇ ਵਿੱਚ ਰਿਕਾਰਡ ਆਫ ਡ੍ਰੇਡ ਡਿਟੇਲ ਟ੍ਰਾਂਜੈਕਸ਼ਨ ਦਿਖਾਈ ਜਾਂਦੀ ਹੈ ਗਰੋਸ نیٹ ਅਮਾਉਂਟ ਜਿਵੇਂ ਅਸੀਂ ਪਰਚੇਸ ਦਿ ਜਦੋਂ ਕਿ ਸੇਲ ਅਕਾਊਂਟ ਦੇ ਵਿੱਚ ਸਿਰਫ ਨੈਟ ਅਮਾਊਂਟ ਦਿਖਾਇਆ ਜਾਂਦਾ ਹੈ ਹਰ ਸੇਲ ਦਾ ਟੋਟਲ ਸੇਲ ਬੁੱਕ ਦਾ ਜਿਹੜਾ ਪੋਸਟਿੰਗ ਹੈ ਉਹ ਸੇਲ ਅਕਾਊਂਟ 'ਚ ਹੁੰਦੀ ਹੈ ਤੇ ਸੇਲ ਅਕਾਊਂਟ ਦਾ ਜਿਹੜਾ ਟਰਾਂਸਫਰ ਹੁੰਦਾ ਹੈ ਟਰੇਡਿੰਗ ਅਕਾਊਂਟ 'ਚ ਜਿਵੇਂ ਸੇਲ ਅਕਾਊਂਟ ਦੀ ਪਰਚੇਜ਼ ਅਕਾਊਂਟ ਦਾ ਮੈਂ ਦੱਸਿਆ ਸੀ ਉਹ ਟਰੇਡਿੰਗ ਅਕਾਊਂਟ ਜਾਂਦਾ ਹੈ ਸੇਮ ਇਹਦਾ ਟੋਟਲ ਵੀ ਕਿੱਥੇ ਟਰਾਂਸਫਰ ਹੁੰਦਾ ਜਾ ਕੇ ਟਰੇਡਿੰਗ ਅਕਾਊਂਟ 'ਚ ਯਾ ਸਟੂਡੈਂਟ ਜਲਦੀ ਨਾਲ ਕੁਐਸਚਨ ਪ੍ਰਪੇਅਰ ਸੇਲ ਬੁੱਕ ਫਰਮ ਦਾ ਫਾਲਿੰਗ ਸੋਲਡ ਟੂ ਮੈਸੇਜ਼ ਮਹੇਸ਼ ਐਂਡ ਐਸ ਪਰ ਇਨਵਾਇਸ ਨੰਬਰ ਦੇਖੋ ਬਿੱਲ ਦਾ ਨੰਬਰ ਵੀ ਦਿੱਤਾ ਹੋਇਆ ਤਾਂ ਅਸੀਂ ਸ਼ੋਅ ਕਰ ਦਾਂਗੇ ਇਨਵਾਇਸ ਨੰਬਰ ਵਾਲੇ ਕਾਲਮਸ ਕੀ ਸੇਲ ਕੀਤਾ ਉਹਨੇ 72 ਕੁਰਤਾ ਦੇ ਐਟ ਦਾ ਰੇਟ ਆਫ 175 ਈਚ ਨੈਕਸਟ ਹੈ ਸਾਡੇ ਕੋਲ 45 ਟਰੋਜ਼ਰਸ ਐਟ ਦਾ ਰੇਟ ਆਫ 225 ਈਚ ਹਾਂਜੀ ਲੋ ਜੀ ਕੁੜਤੇ ਤੇ ਟਰਾਊਜ਼ਰਸ ਖਰੀਦ ਲੀਆਂ ਅਲੱਗ-ਅਲੱਗ ਰੇਟ ਦਿੱਤਾ ਹੋਇਆ ਟ੍ਰੇਡ ਡਿਸਕਾਊਂਟ 5% ਹੈ ਟੰਗ ਉਹੀ ਹੈ ਜਿਵੇਂ ਪਰਚੇਜ ਬੁੱਕ 'ਚ ਸ਼ੋਅ ਕੀਤਾ ਸੀ ਸੋਲ ਟੂ ਦਿਪਤੀ ਐਂਡ ਕੰਪਨੀ ਐਜ਼ ਪਰ ਇਨਵਾਈਸ ਨੰਬਰ 282 50 ਲੌਂਗ ਸ਼ਰਟਸ ਐਟ ਦਾ ਰੇਟ ਆਫ 185 ਵਿੱਚ 65 ਜੀਨਸ ਐਟ ਦਾ ਰੇਟ ਆਫ 235 ਵਿੱਚ ਦੋਨੋਂ ਦਿਖਾਵਾਂਗੇ ਦੋਨੋਂ ਸੇਲ ਕ੍ਰੈਡਿਟ ਸੇਲ ਨੇ ਸਾਫ਼ ਦਿਖ ਰਿਹਾ ਹੈ 18 ਫੈਬ ਦੀ ਐਂਟਰੀ ਦੇਖੋ ਸੋਲਡ ਮੈਸੇਜ ਗੁਪਤਾ ਐਂਡ ਸੰਸ ਫਾਰ ਕੈਸ਼ ਵੈਸੇ ਤਾਂ ਇੱਕ ਪੜਨ ਦੀ ਜ਼ਰੂਰਤ ਨਹੀਂ ਕਿਉਂਕਿ ਕੈਸ਼ ट्रांजैक्शन ਹੈ ਇਹਨੂੰ ਦਿਖਾਣਾ ਨਹੀਂ ਹੈਗਾ ਅਸੀਂ ਸੇਲਜ਼ ਬੁੱਕ ਤੇ ਵਿੱਚ ਜੇ ਕੈਸ਼ ਬੁੱਕ ਬਣਾ ਰਹੇ ਹੁੰਦੇ ਤਾਂ ਕੈਸ਼ ਬੁੱਕ ਚ ਆਣੀ ਸੀ ਇਹ ਜਾਂ ਜਰਨਲ ਐਂਟਰੀਜ਼ ਦੇ ਵਿੱਚ ਆਣੀ ਸੀ ਜੇਕਰ ਅਸੀਂ ਡਾਇਰੈਕਟਲੀ ਜਰਨਲਸ ਕਰਦੇ ਜੇ ਸੇਲ ਬੁੱਕ ਨਹੀਂ ਹੁੰਦੀਆਂ ਨੈਕਸਟ ਹੈ 20 ਲੇਡੀਜ਼ ਸੂਟਸ 150 ਈਚ 30 ਟੀ-ਸ਼ਰਟਸ 405 ਈਚ ਟਰੇਡ ਡਿਸਕਾਊਂਟ 5% ਇਹ ਅਸੀਂ ਸ਼ੋ ਨਹੀਂ ਕਰਨਾ ਤਾਂ ਉਸਾਰਾ ਨੂੰ ਪਤਾ ਕੈਸ਼ ट्रांजैक्शन ਹੈ ਸੇਲ ਤੇ ਪਰਚੇਜ਼ ਬੁੱਕ ਚ ਕ੍ਰੈਡਿਟ ट्रांजैक्शन ਆਉਂਦੀਆਂ ਨੇ ਫੈਬ 20 sold 5 chairs at the rate of 50 is to messis kapul and company as per invoice number 381 wahi oda kaam kurte pajama shirts da ta apan e kyon furniture nu shamil nahi karna sale de vich because it's not a goods enu asi general properties dikhana si je cash sale hundi ta cash book ch jana si clear hun apan fatafat sale book te nazar mariye da hal kine karna hai book bani viye e bahut easy ho gaya hun ka ਡੇਟ ਇਨਵੋਇਸ ਨੰਬਰ ਨੂੰ ਇੱਥੇ ਵੀ ਦਿਖਾ ਸਕਦੇ ਆ ਲੈਜਰ ਫੋਲੀਓ ਤੋਂ ਪਹਿਲਾਂ ਇੱਥੇ ਵੀ ਸ਼ੋਅ ਕੀਤਾ ਜਾ ਸਕਦਾ ਹੈ ਪਾਰਟਿਕੁਲਰਸ ਲੈਜਰ ਫੋਲੀਓ ਡਿਟੇਲ ਟੋਟਲ ਅਮਾਉਂਟ 1 ਫਰਸਟ ਫੈਬਰੀ ਐਂਟਰੀ ਸੀ ਇਨਵੋਇਸ ਨੰਬਰ 182 ਮੈਂ ਪਹਿਲਾਂ ਕਰ ਰਹੇ ਹਾਂ ਨੂੰ ਅਸੀਂ ਇੱਥੇ ਵੀ ਸ਼ੋਅ ਕਰ ਸਕਦੇ ਆ ਲੈਜਰ ਫੋਲੀਓ ਤੋਂ ਪਹਿਲਾਂ ਮੈਸੇਜ ਮਹਿੰਸ਼ ਐਂਡ ਸਨਸ ਫਿਰ ਤੋਂ ਪਹਿਲਾਂ ਉਸ ਫਰਮ ਦਾ ਨਾਮ ਲਿਖੀਦਾ ਚਾਹੇ ਪਰਚੇਸ ਬੁੱਕ ਹੋਵੇ ਚਾਹੇ ਸੇਲ ਫਿਰ ਉਸ ਜੋ ਜੋ ਖਰੀਦਿਆ ਦੀ ਡਿਟੇਲ ਲਿਖੀ ਦੀ ਹੈ ਪਾਰਟਿਕੁਲਰ ਦੇ ਵਿੱਚ 72 ਕੁਰਤੇ 175 ਰੁਪਏ ਦਾ ਇੱਕ 45 ट्राउजर एट द रेट ऑफ 225 तो ये वैल्यू कितनी बन गई 12600 10125 दे ग्रॉस अमाउंट बन गया 20000 22725 दे विच ऑन 25% ट्रेड डिस्काउंट माइनस ਕੀਤਾ ਜਦੋਂ 22725 ਤੇ 5% ਕਲੂਡਰ ਕੀਤਾ ਤਾਂ ਆ ਗਿਆ 1136 ਅਪਰੋਕਸੀਮੇਟਲੀ ਧਿਆਨ ਰੱਖਿਓ ਹੋ ਸਕਦਾ ਪੈਸੇ ਆਂਦੇ ਹੋਣ ਲਗਭਗ ਬਣਾਇਆ ਹੋਇਆ ਨੈਕਸਟ ਬਣ ਗਿਆ ਸਾਡੇ ਕੋਲ ਇਸ ਤੋਂ ਬਾਅਦ ਟੋਟਲ ਅਮਾਉਂਟ ਕਿੰਨਾ ਬਣ ਗਿਆ 21590 89 yes 21589 टोटल अमाउंट ਉਸ ਤੋਂ ਬਾਅਦ ਫੈਵ ਪੰਜ ਦੀ ਐਂਟਰੀ ਹੈ ਮੈਸੇਜ ਦਿੱਤੀ ਹੈ ਐਂਡ ਕੰਪਨੀ 50 ਲੌਂਗ ਸ਼ਰਟਸ ਤੇ 65 ਜੀਨਸ ਤੇ ਉਸ ਤੋਂ ਬਾਅਦ ਇਹਦਾ अमाउंट ਕਿੰਨਾ ਬਣਿਆ 9250 15275 ਤੇ ਗਰੋਸ अमाउंट ਟੋਟਲ ਕਿੰਨਾ ਬਣ ਗਿਆ 24525 ਤੇ ਗ੍ਰੈਂਡ ਟੋਟਲ ਕਿੰਨਾ ਬਣ ਗਿਆ 46114 ਇੱਕ ਟੋਟਲ ਸੇਲ ਬਣ ਗਈ ਕ੍ਰੈਡਿਟ ਸੇਲ ਜਿਹੜੀ ਹੋਈ ਹੈ ਸਾਰਾ ਜਿਵੇਂ ਪਰਚੇਜ਼ ਦਾ ਟੋਟਲ ਪਰਚੇਜ਼ ਅਕਾਊਂਟ ਨੂੰ ਟ੍ਰਾਂਸਫਰ ਹੋ ਜਾਂਦਾ ਸੇਲ ਦਾ ਟੋਟਲ ਕਿੱਥੇ ਚਲਾ ਜਾਏਗਾ ਸੇਲਜ਼ ਅਕਾਊਂਟ ਚ نیچے ਤੁਸੀਂ ਇੱਕ ਨੋਟ ਦੇਖ ਰਹੇ ਹੋਗੇ ਸੇਲ ਬੁੱਕ ਦੇ ਵਿੱਚ ਸਿਰਫ ਕ੍ਰੈਡਿਟ ਸ਼ੋ ਕਰਨੀਆਂ ਨੇ ਇਸ ਕਰਕੇ ਜਿਹੜੀ ਗੁਪਤਾ ਐਂਸ ਨੂੰ ਕੈਸ਼ ਸੇਲ ਕੀਤੀ ਸੀ ਉਹ ਸ਼ੋ ਨਹੀਂ ਕਰਨੀ ਗੁੱਡਸ ਮੀਨਸ ਜਿਸ ਦੇ ਵਿੱਚ ਬਿਜ਼ਨਸ ਡੀਲ ਕਰਦਾ ਕਾਪੀਲੈਂਡ ਕੰਪਨੀ ਨੂੰ ਜੋ ਫੰਡ ਇਸ ਤੋਂ ਇਲਾਵਾ ਚੇਅਰ ਪਰ ਸੇਲ ਕੀਤੀ ਸੀ ਉਹ ਨੂੰ ਸ਼ੋ ਨਹੀਂ ਕਰਨਾ ਸੇਲ ਬੁੱਕ ਚ ਕੰਪਲੀਟ ਸੇਲ ਬੁੱਕ ਹੈ ਇੱਕ ਕੰਪਲੀਟ ਕੁਐਸਚਨ ਹੈ ਤੁਹਾਡੇ ਸਾਹਮਣੇ ਹਰ ਪਹਿਲੂ ਤੋਂ ਕੰਪਲੀਟ ਨੇ ਜੇ ਤੁਸੀਂ ਇਹਨੂੰ ਸਿੱਖਣਾ ਚਾਹੁੰਦੇ ਹੋ ਤਾਂ ਪ੍ਰੋਪਰ ਦੇਖੋ ਵੈਰੀ ਇੰਪੋਰਟੈਂਟ ਪਾਰਟ ਸੋ ਡੀਅਰ ਸਟੂਡੈਂਟ ਆਈ ਥਿੰਕ ਦਾ ਹਾਲ ਕਨਸੈਪਟ ਇਜ਼ ਕੁਆਇਟ ਕਲੀਅਰ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਕਾਮਰਸ ਅਕਾਊਂਟੈਂਸੀ ਇਕਨੋਮਿਕਸ ਐਫੀਈਬੀ ਤੇ ਈ ਬਿਜ਼ਨਸ ਬਿਜ਼ਨਸ ਨਾਲ ਰਿਲੇਟਡ ਤੇ ਮੋਟੀਵੇਸ਼ਨਲ ਵੀਡੀਓਜ਼ ਆਲਰੇਡੀ ਚੈਨਲ ਤੇ ਨੇ ਬਹੁਤ ਸਾਰੀਆਂ ਆਣ ਗਈਆਂ ਸੋ ਆਰਾਮ ਨਾਲ ਦੇਖੋ ਜੋ ਹਿੱਸਾ ਕਲੀਅਰ ਨਹੀਂ ਵੀਡੀਓ ਦੇ ਉਸ ਹਿੱਸੇ ਜਾ ਕੇ ਦੁਬਾਰਾ ਦੇਖੋ نیچے ਕਮੈਂਟ ਬਾਕਸ ਜਾ ਕੇ ਕਮੈਂਟ ਦਿਓ ਜੇਕਰ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਲਾਈਕ ਐਂਡ ਸ਼ੇਅਰ ਥੈਂਕ ਯੂ ਵੈਰੀ ਮਚ